ਕੱਲ ਜੋ ਇੱਥੇ ਘੱਲੂਘਾਰਾ ਇੰਸੀਡੈਂਟ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ, ਉਸ ਸੰਬੰਧ ਦੇ ਵਿੱਚ ਅਸੀਂ ਦੋ FIRਾਂ ਦਰਜ ਕੀਤੀਆਂ ਨੇ। ਇੱਕ ਪਹਿਲੀ FIR ਨੰਬਰ 58 ਥਾਣਾ ਤਿੱਬਤ ਦੇ ਵਿੱਚ, ਜਿਹਦੇ ਵਿੱਚ ਜੋ ਵੀ ਪੋਲੀਟੀਕਲ ਲੀਡਰ ਸੀਗੇ ਉਹਨਾਂ ਨੇ ਪੁਲਿਸ ਨਾਲ ਮੈਨ ਹੈਂਡਲਿੰਗ ਕੀਤੀ ਹੈ, ਡਿਊਟੀ ਦੇ ਵਿੱਚ ਉਹਨਾਂ ਦੇ ਵਿਘਨ ਪਾਇਆ ਹੈ। ਇਸ ਕੇਸ ਦੇ ਵਿੱਚ 8 ਵਿਅਕਤੀਆਂ ਦੇ ਨਾਮ ਬਾਈ ਨੇਮ ਨੇ ਅਤੇ ਬਾਕੀ ਅਨਆਈਡੈਂਟੀਫਾਈਡ ਨੇ। ਅਤੇ ਦੂਸਰਾ ਕੇਸ ਅਸੀਂ ਜਿਹੜੇ ਟਰੱਸਟ ਗੁਰਦੁਆਰਾ ਦੇ ਟਰੱਸਟ ਪ੍ਰਬੰਧਕ ਕਮੇਟੀ ਹੈਗੀ ਉਹਨਾਂ ਦੇ ਪ੍ਰੈਜੀਡੈਂਟ ਦੇ ਸਟੇਟਮੈਂਟ 'ਤੇ ਰਜਿਸਟਰ ਕੀਤਾ ਹੈਗਾ। ਉਹ FIR ਦੇ ਵਿੱਚ ਉਹ ਥਾਣਾ ਭੈਣੀ ਮੀਆਂ ਖਾਂ ਦੇ ਏਰੀਏ 'ਚ ਰਜਿਸਟਰ ਹੋਈ ਹੈ। ਉਸ ਦੇ ਵਿੱਚ ਅਰਾਊਂਡ 27 ਵਿਅਕਤੀ ਹਨ ਜਿਨ੍ਹਾਂ ਦੇ ਬਾਈ ਨੇਮ ਹੈ ਅਤੇ ਬਾਕੀ ਹੋਰ ਅਣਪਛਾਤੇ ਵਿਅਕਤੀ ਹਨ। ਤੁਹਾਨੂੰ ਦੱਸਦਾ ਇਹ ਪਹਿਲੇ ਕੇਸ 'ਚ 8 ਬੰਦੇ ਅਤੇ ਬਾਈ ਨੇਮ ਹੈ, ਬਾਕੀ ਅਨਆਈਡੈਂਟੀਫਾਈਡ ਨੇ। ਅਤੇ ਦੂਸਰੇ 'ਚ 27 ਨੇ ਅਤੇ ਉਹ ਬਾਕੀ ਅਨਆਈਡੈਂਟੀਫਾਈਡ ਨੇ। 27 ਬੰਦੇ ਬਾਈ ਨੇਮ ਜਿਨ੍ਹਾਂ 'ਤੇ ਹੈਗਾ, ਹਾਂ ਬਾਕੀ ਅਨਆਈਡੈਂਟੀਫਾਈਡ। ਗਰੁੱਪਸ ਨੂੰ ਲੀਡ ਕਰ ਰਹੇ ਸੀਗੇ ਲੀਡਰਸ, ਉਹ ਉਹਨਾਂ ਦੇ ਬਾਈ ਨੇਮ ਹੈਗੇ। ਮਿਸਟਰ ਸੁੱਚਾ ਸਿੰਘ ਲਗਾ, ਮਿਸਟਰ ਸੇਵਾ ਸਿੰਘ ਸੇਖਵਾਂ, ਮਿਸਟਰ ਕਮਲਪ੍ਰੀਤ ਸਿੰਘ ਕਾਕੀ, ਇਹ ਤਾਂ ਪ੍ਰਮੁੱਖ। ਬਾਕੀ ਅਨਆਈਡੈਂਟੀਫਾਈਡ ਨੇ 250-300 ਦੇ ਕਰੀਬ। ਉਹ ਤਾਂ ਵੀਲ ਇਨਵੈਸਟੀਗੇਟ, ਪ੍ਰੋਪਰਲੀ ਇਨਵੈਸਟੀਗੇਟ ਹੋਏਗਾ, ਅਸੀਂ ਇਨਵੈਸਟੀਗੇਟ ਕਰਾਂਗੇ ਜਿਵੇਂ ਜਿਵੇਂ ਐਵੀਡੈਂਸ ਆਏਗਾ।